ਵੀਡੀਓ ਦੇਖਣ ਵਾਲੇ ਸਾਰੇ ਹੀ ਕਿਸਾਨ ਵੀਰਾਂ ਦਾ ਬਹੁਤ ਬਹੁਤ ਸਵਾਗਤ ਕੀਤਾ ਜਾਂਦਾ। ਲਓ ਵੀ ਦੋਸਤੋ, ਇਸ ਵੀਡੀਓ ਦੇ ਵਿੱਚ ਅਸੀਂ ਤੁਹਾਨੂੰ ਗਲਵਜ਼ ਦਿਖਾਉਣ ਜਾ ਰਹੇ ਹਾਂ, ਇੱਕ ਜੋ ਸਪੈਸ਼ਲੀ ਪਸ਼ੂਆਂ ਦੀ ਸਾਂਭ ਸੰਭਾਲ ਦੇ ਲਈ ਯੂਜ਼ ਜਿਹੜਾ ਕੀਤਾ ਜਾਂਦਾ ਹੈਗਾ, ਅਤੇ ਇਹਦੇ ਕੀ ਰਿਜ਼ਲਟ ਨੇ, ਕਿਸ ਤਰ੍ਹਾਂ ਆਪਾਂ ਇਸਤੇਮਾਲ ਕਰਨਾ, ਸਾਰੀ ਜਾਣਕਾਰੀ ਤੁਹਾਨੂੰ ਅਸੀਂ ਇਸ ਵੀਡੀਓ ਦੇ ਵਿੱਚ ਦੇਵਾਂਗੇ। ਜੇਕਰ ਤੁਸੀਂ ਸਾਡੇ ਚੈਨਲ 'ਤੇ ਨਵੇਂ ਹੋ ਤਾਂ ਕਿਰਪਾ ਕਰਕੇ ਸਾਡਾ ਚੈਨਲ ਸਬਸਕ੍ਰਾਈਬ ਕਰੋ ਅਤੇ ਨਾਲ ਹੀ ਆਉਂਦੇ ਬੈੱਲ ਦੇ ਆਈਕਨ ਨੂੰ ਪ੍ਰੈਸ ਕਰੋ ਤਾਂ ਕਿ ਸਾਡੀ ਵੀਡੀਓ ਦਾ ਹਰ ਇੱਕ ਨੋਟੀਫਿਕੇਸ਼ਨ ਪਹੁੰਚ ਸਕੇ ਤੁਹਾਡੇ ਮੋਬਾਈਲ 'ਤੇ ਸਭ ਤੋਂ ਪਹਿਲਾਂ। ਇਸ ਦਾ ਇਸਤੇਮਾਲ ਕਰਨਾ ਬਹੁਤ ਹੀ ਆਸਾਨ ਹੈ। ਜਿਸ ਤਰ੍ਹਾਂ ਆਪਾਂ ਆਮ ਮੋਟਰਸਾਈਕਲ ਚਲਾਉਣ ਲਈ ਸਰਦੀਆਂ 'ਚ ਗਲਵਜ਼ ਦਾ ਇਸਤੇਮਾਲ ਕਰਦੇ ਹਾਂ, ਉਸੇ ਤਰ੍ਹਾਂ ਇੱਕ ਹੱਥ ਦੇ ਉੱਪਰ ਆਪਾਂ ਇਹ ਗਲਵਜ਼ ਚੜ੍ਹਾ ਲੈਣਾ ਗਾ। ਸਕਦੇ ਹਾਂ ਤੁਸੀਂ ਦੇਖ ਸਕਦੇ ਹੋ ਵੀ ਇਹਦੇ ਜਿਹੜੇ ਆ ਦੋਨੇ ਸਾਈਡ ਇੱਕ ਦੰਦੇ ਜਿਹੇ ਲੱਗੇ ਹੋਏ ਆ, ਅਤੇ ਇਹਦੇ ਨਾਲ ਆਪਾਂ ਇਸ ਤਰ੍ਹਾਂ ਜਿਹੜਾ ਨਵਾਉਣੇ ਆ, ਦੇਖੋ ਤੁਸੀਂ। ਨਾਲੇ ਤਾਂ ਪਸ਼ੂਆਂ ਦੀ ਜਿਹੜੀ ਮਸਾਜ ਹੈ ਉਹ ਹੋ ਜਾਂਦੀ ਹੈ ਇਹਦੇ ਨਾਲ, ਅਤੇ ਨਾਲੇ ਜੋ ਵੀ ਕੋਈ ਕਿੱਚੜ ਗਾਰਾ ਗੋਹਾ ਕੁਛ ਵੀ ਲੱਗਿਆ ਹੁੰਦਾ ਤਾਂ ਬੜੀ ਛੇਤੀ ਜਿਹੜਾ ਉਹ ਆਪਣਾ ਸਾਫ਼ ਹੋ ਜਾਂਦਾ ਹੈਗਾ। 50-60 ਰੁਪਏ ਦਾ ਇਹ ਮਿਲ ਜਾਂਦਾ ਆਮ ਹੀ ਬਾਜ਼ਾਰ 'ਚੋਂ, ਅਤੇ ਪਸ਼ੂ ਵੀ ਤੁਸੀਂ ਦੇਖ ਸਕਦੇ ਹੋ ਬਿਲਕੁਲ ਕੋਈ ਹਰਕਤ ਨਹੀਂ ਕਰ ਰਹੇ, ਆਰਾਮਦਾਰੀ ਨਾਲ ਨਹਾ ਰਹੇ ਹੈ। ਜਿਹੜੇ ਵੀ ਫਾਰਮਰਾਂ ਕੋਲ ਜ਼ਿਆਦਾ ਪਸ਼ੂ ਨੇ ਉਹਨਾਂ ਦੇ ਲਈ ਇਹ ਬਹੁਤ ਵਧੀਆ, ਜਾਂ ਜਿਹੜੇ ਵੀ ਸ਼ੌਕੀਨ ਨੇ ਪਸ਼ੂਆਂ ਦੇ ਨਵਾ ਧਵਾ ਕੇ ਵਧੀਆ ਰੱਖਣਾ ਚਾਹੁੰਦੇ ਨੇ ਉਹਨਾਂ ਵਾਸਤੇ, ਸਾਡੇ ਕੋਲ ਦੇਖ ਸਕਦੇ ਥੋੜ੍ਹੇ ਜਿਹੇ ਪਸ਼ੂ ਨੇਗੇ, ਕੋਈ ਜ਼ਿਆਦਾ ਵਧੀਆ ਕੁਆਲਿਟੀ ਦੇ ਵੀ ਨਹੀਂ ਹੈ, ਵਧੀਆ ਨੇ, ਅਸੀਂ ਇਹਦੇ ਲਈ ਘਰ 'ਚ ਯੂਜ਼ ਕਰਨ ਦੇ ਲਈ ਲੈ ਕੇ ਆਏ ਹੈਗੇ। ਕੁਝ ਕਿਸਾਨ ਵੀਰ ਸੋਚ ਰਹੇ ਹੋਣਗੇ ਵੀ ਜ਼ਿਆਦਾ ਪਾਣੀ ਜਿਹੜਾ ਉਹ ਵੇਸਟ ਕੀਤਾ ਜਾ ਰਿਹਾ ਪਸ਼ੂ ਨਵਾਉਣ 'ਤੇ, ਪਰ ਇਸ ਪਾਣੀ ਨੂੰ ਅਸੀਂ ਦੁਬਾਰਾ ਫਿਰ ਵਰਤੋਂ ਦੇ ਵਿੱਚ ਲਿਆ ਰਹੇ ਹਾਂ। ਤੁਸੀਂ ਦੇਖ ਸਕਦੇ ਹੋ ਪਸ਼ੂ ਨਵਾਏ ਜਾ ਰਹੇ ਆ, ਉਸ ਨਵਾਉਣ ਤੋਂ ਬਾਅਦ ਜੋ ਪਾਣੀ ਤੁਸੀਂ ਦੇਖ ਸਕਦੇ ਹੋ ਵੀ ਇੱਕ ਖਾਲੀ ਦੇ ਵਿੱਚ ਦੀ ਅੱਗੇ ਜਾ ਰਿਹਾ ਹੈਗਾ, ਜੋ ਵੀ ਪਸ਼ੂਆਂ ਦਾ ਵੇਸਟ ਮਟੀਰੀਅਲ ਹੁੰਦਾ ਉਹ ਸਾਰਾ ਇਹਦੇ ਵਿੱਚ ਮਿਕਸ ਹੋ ਚੁੱਕਿਆ ਹੈਗਾ, ਅਤੇ ਸਾਰਾ ਕੁਝ ਮਿਕਸ ਕਰਕੇ ਪਾਣੀ ਅੱਗੇ ਜਾ ਰਿਹਾ ਹੈਗਾ, ਅਤੇ ਇਸ ਪਾਣੀ ਨੂੰ ਅਸੀਂ ਫਸਲਾਂ ਦੇ ਵਿੱਚ ਯੂਜ਼ ਕਰ ਰਹੇ ਹਾਂ। ਇਹ ਅੱਗੇ ਸਾਡਾ ਝੋਨਾ ਲੱਗਿਆ ਹੋਇਆ, ਇਹਦੇ ਵਿੱਚ ਇਹ ਪਾਣੀ ਜਾਂਦਾ। ਜੇਕਰ ਆਪਾਂ ਇਹ ਪਾਣੀ ਪਸ਼ੂਆਂ ਨੂੰ ਨਵਾਉਣ ਤੋਂ ਬਾਅਦ ਜੋ ਪਾਣੀ ਬਚਦਾ ਉਹਨੂੰ ਆਪਾਂ ਸਬਜ਼ੀਆਂ ਨੂੰ ਦਿੰਦੇ ਹਾਂ, ਤਾਂ ਇਹਦੇ ਬਹੁਤ ਹੀ ਵਧੀਆ ਕਮਾਲ ਦੇ ਰਿਜ਼ਲਟ ਆਉਂਦੇ ਆ, ਕਿਉਂਕਿ ਕਾਫੀ ਕੁਛ ਇਹਦੇ ਵਿੱਚ ਜਿਹੜਾ ਮਿਕਸ ਹੋ ਜਾਂਦਾ ਹੈਗਾ। ਜੇਕਰ ਤੁਹਾਨੂੰ ਇਹ ਗਲਵਜ਼ ਪਸੰਦ ਆਇਆ ਤਾਂ ਸਾਡੀ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ। ਜੋ ਕਿਸਾਨ ਵੀਰ ਕਾਫੀ ਲੰਬੇ ਸਮੇਂ ਤੋਂ ਇਹਦਾ ਇਸਤੇਮਾਲ ਕਰ ਰਹੇ ਨੇ ਉਹ ਸਾਨੂੰ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸਿਓ ਵੀ ਉਹ ਕਿੱਥੋਂ ਦੇ ਰਹਿਣ ਵਾਲੇ ਨੇ ਅਤੇ ਕਿੰਨੇ ਸਮੇਂ ਤੋਂ ਇਹਦਾ ਇਸਤੇਮਾਲ ਕਰ ਰਹੇ ਨੇ। ਜਲਦੀ ਮਿਲਦੇ ਹਾਂ ਇੱਕ ਨਵੀਂ ਵੀਡੀਓ ਦੇ ਨਾਲ।